ਕਦੀ ਨਾ ਇਹੋ ਜਿਹਾ ਚਰਾ ਕੇ ਬੁਝਾ ਦੇਣ, ਸਖ਼ਤ ਤੋਂ ਸਖ਼ਤ ਜਗ੍ਹਾ ਇਹਨੂੰ ਸਜ਼ਾ ਦੇਣੀ ਚਾਹੀਦੀ ਮਹਾਰਾਜ। ਕੋਈ ਮੈਂ ਨੀ ਇਹੋ ਹੀ ਕਹੂੰਗਾ ਵੀ ਬੇਨਤੀ ਹੈ ਰੱਬ ਦੇ ਵਾਸਤੇ ਵੀ ਗਾਂ ਤੋਂ ਇਹੋ ਜਿਹਾ ਕਦੀ ਜ਼ੁਲਮ ਨਾ ਹੋਵੇ, ਕਦੀ ਕਿਸੇ ਭੈਣ ਭਰਾ ਦੇ ਨਾਲ ਇਹੋ ਜਿਹਾ ਜ਼ੁਲਮ ਨਾ ਹੋਵੇ ਜੇ ਇਹਨਾਂ ਮਿਰਨਾ ਹੋ ਗਿਆ ਜੀ। ਕਿੰਨੀ ਉਮਰ ਸੀ ਮੁੰਡੇ ਦੀ? 21-22 ਸਾਲ ਦੀ ਉਮਰ ਆ ਜੀ ਮਹਾਰਾਜ। ਅੱਜ ਪਰਿਵਾਰ ਮੇਰੇ ਕੋਲ ਆਇਆ ਜੀ ਸਵੇਰੇ, ਫਿਰ ਕਹਿੰਦੇ ਵੀ ਸਾਡਾ ਮੁੰਡਾ ਲੱਭ ਨਹੀਂ ਰਿਹਾ, ਅਤੇ ਮੈਂ DSP ਸਾਹਿਬ ਕੋਲ ਗਿਆ, SHO ਸਾਹਿਬ ਕੋਲ ਗਿਆ, ਮੈਂ ਵੀ ਆਹ ਸਾਡੇ ਮੁੰਡਾ ਗਾਇਬ ਹੋਇਆ ਵੀ ਭਾਅ ਜੀ ਇਹਦੇ ਬਾਰੇ ਦੱਸੋ ਵੀ ਫੋਨ ਸਾਨ ਕਰੋ। ਉਹਨਾਂ ਵਿਚਾਰਿਆਂ ਨੇ ਸਵੇਰੇ ਬੜੀ ਆਪਣੀ ਤੁਰੰਤ ਕਾਰਵਾਈ ਕੀਤੀ, ਪ੍ਰਸ਼ਾਸਨ ਨੇ ਇੰਨਾ ਕੁ ਸਾਡਾ ਸਹਿਯੋਗ ਦਿੱਤਾ ਜਿਹਦੇ ਨਾਲ ਸਾਨੂੰ ਮੁੰਡੇ ਦਾ ਪਤਾ ਚੱਲ ਗਿਆ ਵੀ ਮੁੰਡੇ ਨੂੰ ਮਾਰ ਕੇ ਅਤੇ ਸਾੜ ਕੇ ਅਤੇ ਨਹਿਰ ਦੇ ਕੰਢੇ ਸੁੱਟਿਆ ਗਿਆ ਜੀ। ਇਹ ਮੁੰਡੇ ਮੰਡੀ ਦੇ ਵਿੱਚ ਇਹਨਾਂ ਦੀ ਕੋਈ ਮਾੜਾ ਮੋੜਾ ਖਤੋ ਪਾਈ ਹੋਈ ਸੀ, ਉੱਥੋਂ ਮੁੰਡੇ ਨੂੰ ਚੁੱਕ ਕੇ ਲੈ ਗਏ ਅਤੇ ਮੱਲੀਆਂ ਆਹ ਨਹਿਰ ਹੈਗੀ ਮੱਲੀਆਂ ਵਾਲੀ, ਇੱਥੇ ਨਹਿਰ 'ਤੇ ਖੜ ਕੇ ਉਹਨਾਂ ਜੀ ਸਾੜਿਆ ਮੁੰਡੇ ਨੂੰ। ਸਰ ਉਹ ਮੁੰਡਿਆਂ ਦੀ ਵੀਡੀਓ ਵੀ ਆਉਣ ਡਈ ਆ, ਵੀਡੀਓ ਦੇ ਵਿੱਚੋਂ ਪਤਾ ਲੱਗਾ ਵੀ ਇਹਨਾਂ ਮੁੰਡਿਆਂ ਨੇ ਚੁੱਕ ਕੇ ਖੜਿਆ। ਹਾਂਜੀ ਇੱਕ ਦੀ ਹੋਈ ਸਰ। ਮੰਗ ਪ੍ਰਸ਼ਾਸਨ ਕੋਲ ਇਹੋ ਚੱਲਦੇ ਵੀ ਜਿਹੜਾ ਇਹ ਗੁੰਡਾਗਰਦੀ ਚੱਲਣ ਡਈ, ਸ਼ਹਿਰ 'ਚ ਚੱਲਣ ਡਈ ਜਾਂ ਪਿੰਡਾਂ 'ਚ ਚੱਲਣ ਡਈ, ਉਹਨੂੰ ਨੱਥ ਪਾਈ ਜਾਵੇ। ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦਾ ਪਰਿਵਾਰ ਜਾਂ ਕਿਸੇ ਦੀ ਧੀ ਭੈਣ ਨਾ ਇੰਚਾਰਜ ਹੋਵੇ ਵੀ ਇਹੋ ਜਿਹਾ ਗਾਂ 'ਤੇ ਜ਼ੁਲਮ ਨਾ ਹੋਵੇ ਇਹੋ ਜਿਹਾ ਗਾਂ 'ਤੇ। ਲੜਕੇ ਦੀ ਮਾਤਾ ਵੀਰ ਕੌਰ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਸੀ ਵੀ ਉਹਦਾ ਲੜਕਾ ਕੁਝ ਦਿਨ ਪਹਿਲਾਂ ਚਲਾ ਗਿਆ, ਲੱਭਦੇ ਰਹਿ ਮਿਲਿਆ ਨਹੀਂ ਹੈ। ਫਿਰ ਉਹ ਜਿਸ ਏਰੀਏ 'ਚੋਂ ਗਿਆ ਦੱਸਦੇ ਉੱਥੋਂ CCTV ਕੈਮਰੇ ਦੇਖੇ ਅਤੇ ਇੱਕ ਝਗੜੇ ਦਾ ਬਾਰੇ ਪਤਾ ਲੱਗਾ। ਫਿਰ ਜਿਹੜਾ ਬੰਦਾ 'ਤੇ ਡਾਊਟ ਸੀ ਦੀਪੂ ਨਾਂ ਦਾ ਬੰਦਾ ਕਹਿ ਰਹੀਏ, ਉਹਨੂੰ ਅਰੈਸਟ ਕਰ ਲਿਆ ਪੁਲਿਸ ਨੇ। ਉਹਦੀ ਅਰੈਸਟ ਕਰਕੇ ਉਹਦੀ ਪੁੱਛਗਿੱਛ 'ਤੇ ਜਿਹੜੇ ਦੋ ਦੋਸ਼ੀ ਹੋਰ ਨਾਮਜ਼ਦ ਕਰ ਲਏ ਨੇ, ਪ੍ਰਿੰਸ ਅਤੇ ਪ੍ਰਿੰਸ ਨਾਂ ਦਾ ਲੜਕਾ ਅਤੇ ਦੂਸਰਾ ਉਹਦੇ ਨਾਲ ਦਾ ਹੋਰ ਸਾਥੀ। ਇਸ ਤੋਂ ਇਲਾਵਾ ਫਿਰ ਉਹਦੀ ਪੁੱਛਗਿੱਛ 'ਤੇ ਡੈੱਡ ਬੋਡੀ ਬਰਾਮਦ ਹੋ ਗਈ ਹੈ ਜੀ। ਇਹਨਾਂ ਨੇ ਕੁੱਟਮਾਰ ਕੀਤੀ ਸੀ ਕਰਕੇ ਅਤੇ ਉਹਦਾ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀ ਫੜਿਆ ਗਿਆ ਵਾ, ਅਰੈਸਟ ਕੀਤਾ ਗਿਆ ਵਾ, ਬਾਕੀ ਦੋਸ਼ੀ ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਂਦਾ। ਕੋਸ਼ਿਸ਼ ਕੀਤੀ ਗਈ ਹੈ ਔਰ ਡਰੇਨ ਦੇ ਕੰਢੇ ਸਾਨੂੰ ਇਹਦੇ ਇਨਸਾਫ਼ 'ਤੇ ਡੈੱਡ ਬੋਡੀ ਰਿਕਵਰ ਕਰ ਲਈ। ਆਪਸ ਮੈਂ ਪਹਿਲਾਂ ਵੀ ਜੋ ਸੁਣਨ 'ਚ ਇਹਨਾਂ ਕੋਲ ਪਤਾ ਲੱਗਿਆ ਹੁਣ ਤੱਕ ਦੀ ਪੁੱਛਗਿੱਛ ਵੀ ਝਗੜੇ ਸੀਗੇ ਕਾਫੀ ਦੇਰ ਪਹਿਲਾਂ, ਪਰ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕਰਾਈ। ਬਾਕੀ ਇਨਵੈਸਟੀਗੇਸ਼ਨ 'ਚ ਅੱਗੇ ਹੋਰ ਤੱਥ ਦੇ